ਅਸਲਾਮ ਅਲੈਕੁਮ ਕੇ ਅਸਨੇ ਉਧਰ ਰਜ਼ਵਾਨ ਮਹਿਮੂਦ ਵਿਰਕ ਅੱਜ ਦੀ ਨਿਊਜ਼ ਅਪਡੇਟ ਸਰ ਤੁਹਾਨੂੰ ਦੇਣ ਜਾ ਰਹੇ ਜੇ ਕਿ ਮੁਸਰ ਨਕਵੀ ਸਾਹਿਬ ਨੇ ਮੁਤਹਿਦ ਅਰਬ ਅਮਰਾਤ ਦੌਰਾ ਕੀਤਾ ਹੈ ਅਤੇ ਉੱਥੋਂ ਖੁਸ਼ਖਬਰੀ ਲੈ ਕੇ ਆਏ ਨੇ ਉਹਨਾਂ ਪਾਕਿਸਤਾਨ ਦੀ ਮਿਸ਼ਤ ਬਿਹਤਰ ਬਣਾਉਣ ਵਾਸਤੇ ਇਨਵੈਸਟਮੈਂਟ ਕਰਨ ਲੱਗੇ ਨੇ ਅਤੇ ਇਨਸ਼ਾਅੱਲਾ ਉਹਨਾਂ ਆਖਿਆ ਜੀ ਉਮੀਦ ਜਲਦੀ ਇਹ ਬਿਹਤਰ ਹੋ ਜਾਵੇਗਾ। ਦੂਸਰੀ ਨਿਊਜ਼ ਅਪਡੇਟ ਇਹ ਜੀ ਚੇਅਰਮੈਨ ਪੀ ਟੀ ਆਈ ਦਾ ਨੈਬ ਨੇ ਜਿਸਮਾਨੀ ਰਿਮਾਂਡ ਮੰਗ ਲਿਆ। ਠੀਕ ਹੈ ਜੀ, ਨੈਬ ਨੇ ਸਦਾ ਕੀਤੀ ਹੈ ਜਨਾਬ। ਤੀਸਰੀ ਅਪਡੇਟ ਜੇ ਨਿਊਜ਼ ਅਪਡੇਟ ਜੇ ਨਵਾਜ਼ ਸ਼ਰੀਫ ਪਰ ਫਰਦ ਜੁਰਮ ਸਹੀ ਥੀ ਨਾ ਹੀ ਸ਼ਵਾਹਦ ਇਕੱਠੇ ਹੋਏ, ਇਹ ਜੀ ਇਸਲਾਮਾਬਾਦ ਹਾਈ ਕੋਰਟ ਨੇ ਆਖਿਆ। ਠੀਕ ਹੈ ਜੀ, ਉੱਧਰ ਜੇ ਡਿਆਲਾ ਜੇਲ੍ਹ ਦੇ ਬਾਹਰ ਬੁਸ਼ਰਾ ਬੀਬੀ ਗਈ ਹੈ ਅਤੇ ਲੋਕਾਂ ਨੇ ਉਹਦਾ ਘਰਾਓ ਕਰ ਲਿਆ ਗੱਡੀ ਦਾ, ਇਹ ਬੜੀ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ। ਇਹ ਸੂਰਤ ਹਾਲ ਦੇ ਸਾਡੇ ਅੱਜ ਦੀ ਨਿਊਜ਼ ਅਪਡੇਟ ਹੈ। ਦੂਸਰਾ ਮੁਸਰ ਨਕਵੀ ਸਾਹਿਬ ਦਾ ਬਹੁਤ ਅੱਛੀ ਕਾਵਿਸ਼ ਹੈ, ਮਿਹਨਤ ਹੈ, ਉਹ ਗਏ ਨੇ ਮੁਤਹਿਦ ਅਰਬ ਅਮੀਰਾਤ ਅਤੇ ਉਹਨਾਂ ਆਪਣੇ ਮੁਲਕ ਵਾਸਤੇ ਉਹਨਾਂ ਨੂੰ ਆਖਿਆ ਜੀ ਇੱਥੇ ਆਪਣੀ ਇਨਵੈਸਟਮੈਂਟ ਕਰੋ ਅਤੇ ਅਗਰ ਤਾਂ ਉਹ ਇੱਥੇ ਇਨਵੈਸਟਮੈਂਟ ਕਰਦੇ ਨੇ ਤਾਂ ਉਮੀਦ ਹੈ ਸਾਡੇ ਮੁਲਕ ਦੇ ਹਾਲਾਤ ਠੀਕ ਹੋਣਗੇ। ਦੂਸਰਾ ਜਿਹੜੇ ਸਾਡੇ ਮੁਲਕ ਦੇ ਹਾਲਾਤ ਚੱਲ ਰਹੇ ਨੇ ਬਹੁਤ ਜ਼ਿਆਦਾ ਖਰਾਬ ਨੇ। ਬਿਜਲੀ ਦਾ ਬਿੱਲ ਜਿਹੜਾ ਅੱਗੇ ਵੀ ਹਮੇਸ਼ਾ ਮੈਂ ਆਪਣੇ ਵਿਲਾਗ ਦੇ ਵਿੱਚ ਆਉਂਦਾ ਜਾਂ ਨਿਊਜ਼ ਦੇ ਵਿੱਚ ਕਿ ਮਹਿੰਗਾਈ ਬਹੁਤ ਜ਼ਿਆਦਾ ਹੈ। ਆਂਡਾ ਦਾ ਹਿਸਾਬ ਲਓ ਤੁਸੀਂ, ਪਿਛਲੇ ਸਾਲ 12-13 ਰੁਪਏ ਦਾ ਆਂਡਾ ਸੀ, ਹੁਣ ਦਾ ਰੇਟ ਜੇ 30 ਰੁਪਏ ਦਾ ਦੁਕਾਨ ਪਰਚੂਨ ਦੀ ਦੁਕਾਨ ਤੋਂ ਆਂਡਾ ਮਿਲਦਾ ਜੀ। ਗੋਸ਼ੇ ਥੋੜ੍ਹਾ ਸਸਤਾ ਹੋਇਆ ਮਗਰ ਆਂਡਾ ਦਾ ਰੇਟ ਬਹੁਤ ਜ਼ਿਆਦਾ, ਗੋਸ਼ੇ ਵੀ ਹੁਣ ਇੱਕ ਅੱਧਾ ਸਸਤਾ ਹੋਇਆ, ਮੁਰਗੀ ਦਾ ਫਿਰ ਮਹਿੰਗਾ ਹੋ ਗਿਆ। ਅੱਗ ਲੱਗੀ ਜੀ ਹਰ ਪਾਸੇ, ਜਿਹੜਾ ਮਜ਼ਦੂਰ 1000 ਰੁਪਇਆ ਕਮਾਉਂਦਾ ਹੈ, 1000 ਦੀ ਦਿਹਾੜੀ ਹੈ ਅਤੇ 1000 ਦੇ ਵਿੱਚ ਜਨਾਬ 3 ਟਾਈਮ ਦੀ ਰੋਟੀ, ਅਗਰ ਉਹਦੇ 3 ਬੱਚੇ ਨੇ, 4 ਮੀਆਂ ਵੀ ਖਾਣ ਵਾਲੇ ਨੇ, 6 ਜੀ ਨੇ, ਅਤੇ 1000 ਦੇ ਵਿੱਚ ਬਹੁਤ ਮੁਸ਼ਕਲ ਹੈ ਕਿ ਆਪਣੇ ਘਰ ਦਾ ਪੇਟ ਪੂਜਾ ਕਰੇ। ਉਹਦੇ ਵਿੱਚ 1000 ਦੇ ਵਿੱਚ ਹੀ ਉਹਨੇ ਬੱਚਿਆਂ ਨੂੰ ਪੜ੍ਹਾਉਣਾ ਹੈ, ਬੱਚਿਆਂ ਨੇ ਕੋਈ ਜੇਬ ਖਰਚ ਕਰਨਾ ਸਕੂਲੇ, ਅਤੇ ਉਹ ਸਮਝੋ ਕਿ 30,000 ਵੀ ਅਗਰ ਉਹ ਮਹੀਨੇ ਦਾ ਕਮਾਉਂਦਾ, ਜੁੰਮੇ ਦੀ ਛੁੱਟੀ ਹੁੰਦੀ ਹੈ ਤਕਰੀਬਨ, ਅਤੇ ਗੁਜਰਾਤ ਵਾਲੇ ਦੀ ਛੁੱਟੀ ਹੈ ਜਿਹੜੇ ਨੇ ਮਜ਼ਦੂਰ ਤਬਕਾ, ਅਗਰ 30,000 ਮਹੀਨੇ ਦਾ ਕਮਾਉਂਦਾ ਉਹਦੇ ਵਿੱਚ ਉਹਨੇ ਬੱਚਿਆਂ ਦੀ ਫੀਸਾਂ ਦੇਣੀਆਂ, ਅਗਰ 3-4 ਬੱਚੇ ਨੇ ਤਾਂ ਉਹਨਾਂ ਦੀ ਫੀਸਾਂ ਕਮ ਅਜ਼ ਕਮ ਕੋਈ 10,000 ਫੀਸ ਹੈ, ਅਤੇ ਐਕਸਟਰਾ ਖਰਚਾ ਕੋਈ 5-6,000 ਉਹਨਾਂ ਦਾ ਬੱਚਿਆਂ ਦਾ, ਹੁਣ ਬਾਕੀ ਰਹਿ ਗਿਆ 14-15,000। 14-15,000 ਦੇ ਵਿੱਚ ਉਹ ਕਿਵੇਂ ਆਪਣੇ ਘਰ ਦਾ ਖਰਚਾ ਪੂਰਾ ਕਰੇ, ਬਹੁਤ ਮੁਸ਼ਕਲ ਹੈ। ਅਤੇ ਇਹ ਸਾਡੀ ਗੌਰਮੈਂਟ ਨੂੰ ਚਾਹੀਦਾ, ਹਕੂਮਤ ਨੂੰ ਚਾਹੀਦਾ ਕਿ ਖੁਦਾ ਦਾ ਖੌਫ ਕਰਨ, ਮਹਿੰਗਾਈ ਘੱਟ ਕਰਨ, ਅਤੇ ਤਾਂ ਕਿ ਸਾਡੇ ਮੁਲਕ ਦੇ ਵਿੱਚ ਖੁਸ਼ਹਾਲੀ ਆਏ। ਗਰੀਬ ਲੋਕ ਵਿਚਾਰੇ ਜਿਹੜੇ ਪਰੇਸ਼ਾਨ ਨੇ, ਉਹਨਾਂ ਦਾ ਮਾਮਲਾ ਹੱਲ ਹੋਏ ਅਤੇ ਖੁਦਾ ਦਾ ਖੌਫ ਕਰਨ। ਬਹੁਤ ਹੀ ਮੁਸ਼ਕਲ ਦੌਰ ਚੱਲਣ ਡਿਆ, ਬਹੁਤ ਹੀ ਮੁਸ਼ਕਲ, ਅੱਲਾਹ ਤਾਲਾ ਹੀ ਇਹਨੂੰ ਸਾਡੇ ਮੁਲਕ ਨੂੰ ਚਲਾਉਣ ਡਿਆ ਜੇ। ਅਤੇ ਇਲੈਕਸ਼ਨ ਵੇਖੋ, ਇਲੈਕਸ਼ਨ ਸਿੱਟਦੇ ਨੇ, ਇਲੈਕਸ਼ਨ ਦੇ ਕੀ ਬਣਦਾ ਹੈ ਅਤੇ ਅਗਲੀ ਗੱਲ ਹੈ, ਔਰ ਇਹਨਾਂ 2 ਮਹੀਨਿਆਂ ਦੇ ਵਿੱਚ ਆਵਾਮ ਦਾ ਭੈੜਾ ਹਾਲ ਹੋ ਜਾਵੇਗਾ ਇਲੈਕਸ਼ਨ ਤੱਕ, ਮੇਰਾ ਮਹਿੰਗਾਈ ਕੰਟਰੋਲ ਨਾ ਕੀਤੀ ਗਈ। ਬਹੁਤ ਸ਼ੁਕਰੀਆ, ਜਜ਼ਾਕ ਅੱਲਾ ਜੀ।